ਸਾਡੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰ ਰਹੇ ਹਾਂ ਸਾਰਿਆਂ ਨੇ ਬਹੁਤ ਹੀ ਘੈਂਟ ਹੋਵੋਗੇ ਅੱਜ ਦੀ ਫਿਰ ਇੱਕ ਵੀਡੀਓ ਗੁਰਪੁਰਬ ਸੈਲੀਬ੍ਰੇਸ਼ਨ 'ਤੇ ਅਤੇ ਬਾਬੇ ਨਾਨਕ ਦਾ ਜਿਹੜਾ 552ਵਾਂ ਜਨਮਦਿਨ ਸੀ ਉਹਦੇ 'ਤੇ ਇੱਕ ਯੂਨੀਕ ਜੀ ਡਰੈਸ ਪਾ ਕੇ ਕੋਈ ਸਿੱਖ ਲੇਡੀ ਆਈ ਹੈ, ਦੇਖਦੇ ਹਾਂ ਪੂਰੀ ਫੈਮਿਲੀ ਆਈ ਥਿੰਕ, ਅਤੇ ਕਿੱਦਾਂ ਦਾ ਹੋਣ ਵਾਲਾ ਇਹ ਪੂਰਾ ਮਾਹੌਲ। ਅਤੇ ਪੂਰੀ ਵੀਡੀਓ ਦੇਖਿਓ ਬਿਲਕੁਲ ਐਂਡ ਤੱਕ, ਚੈਨਲ ਕਰ ਲਿਓ ਆਪਣੇ ਸਬਸਕ੍ਰਾਈਬ। ਅੱਜ ਦੇਖੀਏ। ਅਤੇ ਮੇਰਾ ਨਾਮ ਪਰਵਿੰਦਰ ਸਿੰਘ ਹੈ ਔਰ ਮੈਂ ਪਿਸ਼ਾਵਰ ਸਿੰਘ ਸਭਾ ਪਿਸ਼ਾਵਰ ਕੈਂਟ ਕਾ ਗੁਰਦੁਆਰੇ ਕਾ ਮੈਂਬਰ ਵੀ ਹੂੰ ਔਰ ਆਪਣੇ ਨਹੀਂ ਇਹ ਸਿਰਫ ਸਮਾਜ ਸੇਵਾ ਔਰ ਆਪਣੀ ਸੰਗਤ ਕੀ ਸਿੱਖ ਕਮਿਊਨਿਟੀ ਕੀ ਹਮ ਸੇਵਾ ਕਰਦੇ ਹੈ ਔਰ ਇਸਮੇਂ। ਅੱਛਾ ਚਲੋ ਇਹ ਦੱਸ ਦਵੋ ਕਿ ਇੱਥੇ ਆਉਣ ਲੱਗਿਆ ਬਨ ਕਿਆ ਜਾਂ ਘਰ 'ਚ ਵੀ ਵੈਸੇ ਨੋਰਮਲੀ ਜਿਹੜਾ ਕੈਜੂਅਲੀ? ਨੋਰਮਲੀ ਅਸੀਂ ਰੁਮਾਲਾ ਹਲਕਾ ਜਿਹਾ ਕਾਰ ਵਿੱਚ ਬਨ ਲੈਣ ਜੋ ਆਉਣ ਲੱਗਿਆ ਫਿਰ ਅਸੀਂ ਦਸਤਾਰ ਪਾਉਂਦੇ ਹਾਂ ਕੀ ਲੈਵਲ ਤੇ ਜਿਹੜਾ। ਹੈਲੋ, ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਇਰਫਾਨ ਸਮੋਰ ਔਰ ਤੁਸੀਂ ਦੇਖ ਰਹੇ ਹੋ ਪੀਪੀਟੀ ਦੀ ਨਨਕਾਣਾ ਸਾਹਿਬ ਮੌਜੂਦ ਆ ਔਰ ਗੁਰਦੁਆਰੇ ਦੀਆਂ ਤਕਰੀਬਾਤ ਜਾਰੀ ਨੇ। ਇੱਕ ਸਿੱਖ ਫੈਮਿਲੀ ਮੇਰੇ ਨਾਲ ਮੌਜੂਦ ਤੇ ਇਹਨਾਂ ਨਾਲ ਗੱਲਬਾਤ ਕਰਨੇ ਆ, ਪੁੱਛਦੇ ਆ, ਜਾਣਦੇ ਆ ਕਿੱਥੋਂ ਆਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਜੀ ਮੇਰਾ ਨਾਮ ਪਰਵਿੰਦਰ ਸਿੰਘ ਹੈ ਔਰ ਮੈਂ ਪਿਸ਼ਾਵਰ ਸਿੰਘ ਸਭਾ ਪਿਸ਼ਾਵਰ ਕੈਂਟ ਕਾ ਗੁਰਦੁਆਰੇ ਕਾ ਮੈਂਬਰ ਵੀ ਹੂੰ ਔਰ ਆਪਣੇ डेलीगेशन के साथ अपने बाबा गुरु नानक देव जी की 552वीं सालगिरह बर्थडे मनाने के लिए हम सारे इकट्ठे आज हुए हैं। दुनिया भर से यात्री आए हैं, हमारी पिशावर की संगत भी यहाँ आज मौजूद है और ये सेलिब्रेशन हम अच्छे तरीके से और खुशी तरीके से मना रहे हैं। करतारपुर साहब जी और गुरुद्वारे जो हम विजिट करके आए हैं, अपने प्राइम मिनिस्टर इमरान खान का भी शुक्रिया अदा करते हैं जिन्होंने बहुत सहूलतें यहाँ मुहैया की है और हमारे जो और अदारे हैं जो इसमें परफॉर्म कर रहे हैं, मैं सबका बेहद शुक्रगुजार हूँ कि हमारे ये इस गुरपुर्ब में इस बर्थडे के प्रोग्राम में हम सब सेलिब्रेशन खुशी से मना रहे हैं और आप सबका बेहद शुक्रिया अदा करेंगे। अच्छा तुसी दस्या गुरुद्वारे दे मेंबर हो, बाय प्रोफेशन मेंबर हो, फुल टाइम जॉब है या पार्ट टाइम कुछ सेवा कर दे हो? सिर्फ नहीं, ये सिर्फ समाज सेवा और अपनी संगत की सिख कम्युनिटी की हम सेवा करते हैं और इसमें जो बच्चे हैं, बुज़ुर्ग हैं, लेडीज़ हैं, उनके जो खास पहलू होते हैं जिस पे अमल करना होता है, गवर्नमेंट से जो इशू होते हैं उन पे हम काम करते हैं। वैसे की कर दे? वैसे हम इंटरफेथ पे काम करते हैं, जो हमारा काम है चारों मज़ाहिब को इकट्ठे बैठा कर अपनी अखलाक, अपने मज़हब और अपने इंसानियत के नुक्ते नज़र पे हम जो रास्ता है वही अपनाते हैं जो हमें चाहिए। प्रोफेशन की या रोजी रोटी कितों कमाऊँ दे? रोजी अपना बिजनेस है कपड़े का जी, गारमेंट्स का काम करता हूँ और लेडीज़ 3-पीस सूट का काम है मेरा लाहौर में और पिशावर में अपना बिजनेस है। अच्छा, अपना भाभी जी ने? जी जी। भाभी जी की नाम है? हम पहले ही बोल रहे हैं भाभी जी है कि देखो और कोई नहीं। सॉरी, सुंदर कौर। अच्छा सुंदर, भाभी जी तुसी की कर दे, हाउस वाइफ या कुछ? हाउस वाइफ। अच्छा, बड़े खूबसूरत तुसी गेटअप किया हुआ है, तुम्हारा ट्रेडिशनल है या रिलीजियस है या वैसे फैशन है? मजदी है साडा। अच्छा, मजहबी वैसे बहुत कम लोगों का इस तरह देखा है, ए कोई खास चीज है? जी जी, कि आप लोगों के बीच जो बाहर जाते हैं हज करके आते हैं ना, ਉਹ ਜਿਹੜਾ ਹਿਜਾਬ ਪਾਉਂਦੇ ਨੇ ਸਾਡੇ ਵਿੱਚ ਵੀ ਹੁੰਦਾ ਅੰਮ੍ਰਿਤ ਪਾਨ। ਅੱਛਾ, ਜਿਹੜੇ ਲੋਕੀ ਹਜ ਕਰਕੇ ਆਉਂਦੇ ਆ ਉਹ ਹਿਜਾਬ ਪਾ ਸਕਦੇ ਆ, ਹੋਰ ਕੋਈ ਹਿਜਾਬ ਨਹੀਂ ਪਾ ਸਕਦਾ? ਓਕੇ, ਇਹ ਨਵੀਂ ਚੀਜ਼ ਅੱਜ ਪਤਾ ਲੱਗੀ ਹੈ ਨਾ। ਜਿੱਦਾਂ ਆਪਣੇ ਵਾਸਤੇ ਉਹ ਨਵੀਂ ਚੀਜ਼ ਹੈ, ਇਹਨਾਂ ਵਾਸਤੇ ਦਮਾਲਾ ਨਵੀਂ ਚੀਜ਼ ਹੈ। ਹਾਂਜੀ, ਹੁਣ ਇਹਨਾਂ ਨੇ ਦਮਾਲਾ ਸਜਾਇਆ ਹੋਇਆ। ਹਾਂਜੀ, ਪਰ ਉਹ ਬਿਲਕੁਲ ਮੇਕਅਪ ਤੋਂ ਬਿਨਾਂ ਸੀਗੇ ਹੈ ਨਾ, ਜਿਹੜੇ ਪਹਿਲਾਂ ਵਾਲੇ ਸੀਗੇ। ਸ਼ੌਂਕ ਹੁੰਦਾ ਆਪਦਾ ਆਪਦਾ ਨਾ। ਇਹ ਇਕੱਲੇ ਭੈਣ ਜੀ ਨੇ ਗੋਗਲ ਚਲਾਈਆਂ, ਬਾਕੀ ਸਾਰੀ ਫੈਮਿਲੀ ਨੂੰ ਗੋਗਲ ਤੋਂ ਬਿਨਾਂ ਲਿਆਂਦਾ। ਅੱਛਾ ਅੱਛਾ, ਭਾਬੀ ਜੀ ਦੱਸੋ, ਮੈਂ ਇੱਥੇ ਲੋਕਾਂ ਨਾਲ ਮਿਲ ਜੁਲ ਰਿਹਾ ਵਾਂ, ਕਾਫੀ ਸਾਰੇ ਲੋਕ ਦੇਖੇ ਨੇ, ਬਹੁਤ ਰਸ਼ ਲੱਗਾ ਵਾ, ਬਹੁਤ ਸਾਰੀਆਂ ਕੁੜੀਆਂ ਜਨਾਨੀਆਂ ਮੈਂ ਦੇਖ ਰਿਹਾ ਸਿਰ ਨੂੰ ਲਾ ਕੇ ਫਿਰ ਰਹੀਆਂ ਨੇ, ਕੁਛ ਨੇ ਸਿਰ 'ਤੇ ਕੱਪੜਾ ਬੰਨਿਆ ਵਾ, ਅਤੇ ਇੱਥੇ ਕੋਈ ਖਾਸ ਡਰੈਸ ਕੋਡ ਨਹੀਂ ਹੈ ਇੱਥੋਂ ਦਾ? ਰਿਲੇਸ਼ਨ ਅਗਰ ਵੇਖਿਆ ਜਾਏ ਤਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਆਰਡਰ ਦਿੱਤਾ ਹੈ ਕਿ ਦਸਤਾਰ ਸਜਾਣੀ ਹੈ, ਸਰਦਾਰ ਲੇਡੀਜ਼ ਵੀ ਸਜਾ ਸਕਦੀ ਹੈ, ਸਰਦਾਰ ਮੁੰਡਾ ਵੀ ਸਜਾ ਸਕਦਾ, ਅਤੇ ਇਸ 'ਤੇ ਕੋਈ ਪਾਬੰਦੀ ਨਹੀਂ। ਉਹ ਇਹ ਸਾਡਾ ਇਸ਼ੂ ਵੀ ਹੈ, ਉਹ ਸੁਨਤ ਹੈ, ਜੈਸੇ ਮੁਸਲਿਮ ਅਤੇ ਇੱਕ ਸੁਨਤ ਮੁਤਾਬਿਕ ਆਪਣੇ ਧਰਮ ਮੁਤਾਬਿਕ ਚੱਲਦੇ, ਐਸੇ ਸਾਡਾ ਵੀ ਇਹ ਧਰਮ ਹੈ। ਅੱਛਾ, ਮੁਸਲਮਾਨਾਂ ਦਾ ਤਾਂ ਸਕਾਰਫ ਹੁੰਦਾ, ਸਕਾਰਫ ਕਹਿੰਦੇ, ਤੁਸੀਂ ਇਹਨੂੰ ਕੀ ਕਹਿੰਦੇ? ਦਸਤਾਰ ਕਹਿੰਦੇ। ਦਸਤਾਰ? ਅੱਛਾ, ਇਹ ਔਰਤਾਂ ਵੀ ਦਸਤਾਰ ਬੰਨਦੀਆਂ ਨੇ? ਜੀ ਬੰਨਦੀਆਂ ਨੇ। ਜੀ ਜੀ ਜੀ, ਧਰਮ ਚ ਜਾਂ ਬਸ ਮਰਦ ਬਣਦੇ ਨੇ ਤੇ ਤੁਸੀਂ ਵੀ ਬਣਦੇ? ਨਹੀਂ ਹੈਗਾ ਸਾਡੇ ਧਰਮ ਹੀ ਹੈ। ਹਾਂ, ਕੀ ਗੱਲ ਮੇਰੀ ਬਾਈ, ਇਹ ਜਿਹੜਾ ਐਂਕਰ ਹੈ ਬਾਈ ਬੜਾ ਕਿਊਟ ਹੈ, ਇਹਦੀਆਂ ਹੋਰ ਵੀ ਜਿਹੜੀਆਂ ਆਪਾਂ ਵੀਡੀਓਜ਼ ਦੇਖੀਆਂ ਸੀਗੀਆਂ, ਕੋਈ ਨਾ ਕੋਈ ਗੱਲ ਕਰ ਹੀ ਦਿੰਦੇ ਵਿੱਚ ਹੈ ਕਿ ਮਰਦ ਬਣਦੇ ਤਾਂਹੀਓ ਤੁਸੀਂ ਬੁੜੀਆਂ ਬਣਦੇ। ਹੁਣ ਉਹ ਤੁਸੀਂ ਇੱਦਾਂ ਮੁਸਲਿਮ ਧਰਮ ਵਿੱਚ ਜਿਵੇਂ ਹੁਣ ਮੰਨ ਲਓ ਬੰਦੇ ਕਹਿਣ ਕਿ ਬੁੜੀਆਂ ਹਿਜਾਬ ਪਾਉਂਦੀਆਂ ਤੇ ਅਸੀਂ ਵੀ ਪਾਉਣਾ। ਦਮਾਲਾ ਸਜਾਣਾ ਇੱਕ ਲਈ ਮਤਲਬ ਲੇਡੀ ਲਈ ਔਖਾ ਹੈ। ਦਮਾਲਾ ਮਤਲਬ ਕਿ ਮੁੰਡੇ ਵੀ ਸਜਾ ਲੈਂਦੇ ਆ, ਕੋਈ ਇਦਾਂ ਦੀ ਗੱਲ ਨਹੀਂ, ਇਹ ਦਸਤਾਰ ਵੀ ਕਹਿ ਦਿੰਦੇ ਆ, ਦਮਾਲਾ ਵੀ ਕਹਿ ਦਿੰਦੇ ਆ। ਮੈਨੂੰ ਵੀ ਸ਼ੌਂਕ ਹੈ ਯਾ,
पर जपमन करके नहीं बनने जांदा। हाँ मतलब एक बार जेकर तुसी बनना शुरू करता तो फिर कैरी ऑन करना पैना। हाँ जी। अच्छा चलो यह दस दवो कि इतने आन लगे हैं बन क्या या घर च भी वैसे नॉर्मली जड़ा कैजुअली नॉर्मली ऐसी रुमाला हल्का जा कर बने लें जो आन लगे हैं फिर मतलब पहला छोटी दस लेवल ते जड़ा होंदा है अमृतधारी जड़ा होंदा ना वो फैमिली जड़ी भी होएगी मर्द होए के लेडीज हो वो दस्तार बनती है उस ते फर्ज है एक फर्ज है ना बाकी अपना गेट पे जड़ा फैशन हो कर सकते हैं बाकी दस्तार साड़ा मजहबी विरसा है असी हो रखना है। अच्छा भाभी इतने तो बड़ा मजहबी गेटअप करके आए ने माशाल्लाह बहुत अच्छा लग रहा है बहुत सूट कर रहा है ते वैसे नॉर्मली जड़ा तुसी फैशनेबल हो या बड़ा रिलीजियस हो? नहीं मैं फैशनेबल नहीं गा सिंपल ही हां बस। अच्छा ते घर च हाउसवाइफ? जी जी हाउसवाइफ। घर च रूटीन होंदी है आम तौर ते डेली रूटीन होंदी है बस आम जी डेली रूटीन होंदी रोटी पानी। अच्छा रिलीजियस रूटीन जड़ी है तुहाडी ओ इबादत वगैरह डेली बेसिस ते की होंदी है? सुबह अमृत वेला उठना होंदा है। अमृत वेला किनु कहंदे? ताजर टाइम। ताजर टाइम इस्लाम मुताबिक ताजर टाइम होंदा है और साडा अपना अमृत वेला हो जा जे अमृत वेला है ताजर दा टाइम। अच्छा पाकिस्तानी वक्त के दे मुताबिक किन्ने बजे होंदा? सवेरे 3 बजे अमृत वेला साडा लगदा है शामी तुहाडी इशा दे टाइम दा मगरिब दा उस टाइम साडी एक नमाज होंदी है बाकी जेड़े सोने दा टाइम होंदा उस टाइम होंदे 3। अच्छा तुहाडी भी नमाज होंदी है? हां जी 3 नमाजा होंदी है साडी भी नमाजा होंदी है इबादत होंदी है। आप बिल्कुल जिस तरह दी मुसलमाना दी नमाज है इसे तरीके नाल पढ़दे? नहीं साडा अपना एक तरीके कार होंदा है अपना जैसे सपारे तुहाडे होंदे साडा अपना सबक होंदा है। हां जी ते दूसरा अपने जो गुरुद्वारे साडे हैं असि जाने अपने गुरु ग्रंथ साहिब जी दे आगे मत्था टेकने दर्शन करदे हैं ये साडा फर्ज है। अच्छा ते ओनु नमाज ही तुसी कहंदे हो? जी नमाज बैठ के करते हैं और जैसे सपारे तुसी पढ़ते हो साढ़े भी इस तरह ही गुटके होंदे हैं अपने नितनेम होंदे हैं उस तरह बका जिन्होंने जबानी याद होंदा वो जबानी पढ़ते हैं जिन्होंने नहीं आता वो गुटके नाल वो नहीं अपने सपारे नाल पढ़ सकते हैं। अच्छा ठीक है ते तुसी रिलीजियस हो बड़े और गुरुद्वारे नाल अटैच हो मैंबर भी हो तो यही शायद वजह है घर च रिलीजन की भाभी भी फुल रिलीजियस ने? बिल्कुल बिल्कुल होना भी चाहिए क्योंकि असं अपने गुरु साहब नू मनते हैं गुरु साहब गुरु गोबिंद सिंह जी ने साडू हुक्म दिता हुआ है जिहड़ा सिख होएगा वो दस्तार भी बंधेगा वो कड़ाई भी पाएगा वो कृपान साहब भी रखेगा अपनी पांच ककार अपनी पांच दस्तार के मुताबिक पूरा प्रबंध पूरा रखेगा चाहे कुड़ी होए कि मुंडा होए हस्बैंड वाइफ दोनों पूरी फैमिली कर सकती है और असं खुशी महसूस करते हैं कि साढ़े गुरु का विरसा साड़ी फैमिली मुकम्मल है। अच्छा जी बहुत जबरदस्त फैमिली मुकम्मल। अच्छा थोड़ी होर ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ ਬਹੁਤ ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਸੋਦਾ ਜਾਣਾ ਸਾਡਾ ਕਿਉਂਕਿ ਬੜਾ ਜਿਹਾ ਕੱਟ ਹੈ ਅਸੀਂ ਵੀ ਜਾਣਾ ਹੈ ਇਕੱਠੇ ਚੱਲਾਂਗੇ ਤੇ ਅੱਛਾ ਇਹ ਦੱਸੋ ਮੈਂ ਆਖਰੀ ਵਾਰ ਤੁਹਾਨੂੰ ਆਖਰੀ ਗੱਲ ਪੁੱਛਣਾ ਚਾਹ ਰਿਹਾ ਹਾਂ ਤੁਹਾਡੇ ਕੋਲੋਂ ਕਿ ਆ ਜਿਹੜਾ ਭਾਬੀ ਨੇ ਗੈਟਅਪ ਕੀਤਾ ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅਟੈਚ ਹੋ ਬੜਾ ਗੁਰਦੁਆਰੇ ਨਾਲ ਤੇ ਤੁਸੀਂ ਡੋਮੀਨੇਟ ਕਰ ਰਹੇ ਹੋ ਤੁਸੀਂ ਭਾਬੀ ਨੂੰ ਗੈਟਅਪ ਕਰਵਾਇਆ? ਨਹੀਂ ਨਹੀਂ ਇਸ ਤਰ੍ਹਾਂ ਸਿੱਖ ਘਰਾਣਾ ਜਿਹੜਾ ਵੀ ਹੋਏਗਾ ਨਾ ਅਤੇ ਉਹ ਜਿਹੜੀ ਸਿੱਖ ਫੈਮਲੀ ਹੁੰਦੀ ਉਹਨਾਂ ਨੂੰ ਆਪਣਾ ਪਤਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਚੱਲਣਾ ਅਤੇ ਜਿਹੜਾ ਸਾਡੇ ਮਜ਼ਹਬੀ ਨਿਕਾਹ ਹੁੰਦੇ ਹੈ ਉਹ ਲਾਵੇ ਹੁੰਦੇ ਅਸੀਂ ਲਾਵੇ ਉਸਨੂੰ ਕਹਿੰਦੇ ਗੁਰਦੁਆਰੇ 'ਤੇ ਹੁੰਦਾ ਤਾਂ ਗੁਰਦੁਆਰੇ ਫਿਰ ਜਿਹੜਾ ਹੈੱਡ ਗ੍ਰੰਥੀ ਹੁੰਦਾ ਉਹ ਹੁਕਮ ਵੀ ਦਿੰਦਾ ਫਿਰ ਅਸੀਂ ਗੁਰੂ ਆਪਣੇ ਗੁਰੂ ਸਾਹਿਬ ਦੇ ਹੁਕਮ ਨੂੰ ਫੋਲੋ ਕਰਦੇ ਹਾਂ ਤਾਂ ਲਾਜ਼ਮੀ ਜਿਹੜਾ ਸਿੱਖ ਲੈਵਲ ਆਪਣੇ ਮਜ਼ਹਬੀ ਹੋਏਗਾ ਉਹ ਖੁਸ਼ੀ ਨਾਲ ਦਸਤਾਰ ਵੀ ਬੰਨ੍ਹੇਗਾ ਤਾਂ ਮੈਨੂੰ ਖੁਸ਼ੀ ਹੈ ਕਿ ਮੇਰੀ ਵਾਈਫ ਦਸਤਾਰ ਬੰਦੀ ਕਰੀ ਹੋਈ ਹੈ ਅਸੀਂ ਅਮਰਤਧਾਰੀ ਹਾਂ ਦੋਨੋਂ ਬੱਚੇ ਸਾਡੇ ਸਿੱਖ ਉਸ ਦੇ ਦਸਤਾਰ ਮੁਤਾਬਿਕ ਹੈ ਅਤੇ ਸ਼ੁਕਰ ਪਰਮਾਤਮਾ ਦਾ ਰੱਬ ਦਾ ਕਿ ਅਸੀਂ ਆਪਣੇ ਸਿੱਖ ਮੁਤਾਬਿਕ ਪੂਰੇ ਹਾਂ। ਠੀਕ ਹੈ ਅੱਛਾ ਤੁਹਾਨੂੰ ਗੁਰੂ ਸਾਹਿਬ ਨੇ ਹੁਕਮ ਦਿੱਤਾ ਜੀ ਪੱਗ ਬੰਨੋ ਦਸਤਾਰ ਬੰਨੋ ਅਤੇ ਭਾਬੀ ਤੁਹਾਨੂੰ ਭਾਈ ਹੋਰਾਂ ਨੇ ਹੁਕਮ ਦਿੱਤਾ ਆਪਣਾ ਦਿਲ ਡੋਮੀਨੇਟ ਤਾਂ ਨਹੀਂ ਕਰਦਾ? ਨਹੀਂ ਨਹੀਂ ਤੁਸੀਂ ਜ਼ੋਰ ਜ਼ਬਰਦਸਤੀ ਕਿਤੇ ਘਰ 'ਚ ਤੁਹਾਡੀ ਚੱਲਦੀ ਹੈ क्योंकि पर एक जो मेरे ख्याल मुस्लिम धर्म जो संबंध रखते हैं उन्होंने एक नवी चीज सी है ना सारे क्वेश्चन जिदा बाई के मन च आ रहे होर क्वेश्चन आ रहे थे साफ पता लग रहा कि क्वेश्चन जो पूछ रहे हैं ना वो सिर्फ एक वीडियो लिए नहीं वो आपकी नॉलेज लिए पूछ रहे हैं। ਜਿਵੇਂ ਮਤਲਬ ਸ਼ੌਂਕ ਹੁੰਦਾ ਜਿਵੇਂ ਸਾਨੂੰ ਸ਼ੌਂਕ ਹੈ ਤੁਹਾਡੀ ਮਤਲਬ ਜਾਣਨ ਦਾ ਹੈ ਨਾ ਹਾਂਜੀ ਉਵੇਂ ਸਾਡਾ ਸਾਨੂੰ ਉਹਨਾਂ ਨੂੰ ਵੀ ਸ਼ੌਂਕ ਆ ਬਿਲਕੁਲ ਮੈਂ ਕਹਿੰਦੀ ਸਿੱਖ ਹੀ ਜਾਣਨ ਦਾ ਸ਼ੌਂਕ ਆ ਕੀ ਕਹਿੰਦੇ ਇਹਨਾਂ ਨੂੰ ਮਤਲਬ ਕਿ ਇਸ ਧਰਮ ਬਾਰੇ ਆਪਣੇ ਜਾਣਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਆਪਾਂ ਨੂੰ ਹੁੰਦਾ ਕਿ ਅਸੀਂ ਮੁਸਲਿਮ ਧਰਮ ਬਾਰੇ ਵੱਧ ਤੋਂ ਵੱਧ ਜਾਣਨ ਦੀ ਕੋਸ਼ਿਸ਼ ਕਰੀਏ ਹਾਂਜੀ ਕੀ ਕੀ ਹੁੰਦਾ ਮੈਂ ਨਮਾਜ਼ ਕਿੰਨੀ ਵਾਰੀ ਪੜ੍ਹ ਮੈਂ ਤਾਂ ਅੱਜ ਸੁਣਿਆ
ਕਿ ਨਮਾਜ਼ ਤਿੰਨ ਵਾਰੀ ਪੜ੍ਹਦੇ ਮੈਨੂੰ ਲੱਗਦਾ ਪੰਜ ਵਾਰੀ ਉਹ ਆਪਣੀ ਗੱਲ ਕਰ ਰਹੇ ਸਿੱਖਾਂ ਵਿੱਚ ਤਿੰਨ ਵਾਰੀ ਕਹਿੰਦੇ ਨਮਾਜ਼ ਪੜ੍ਹਦੇ ਮਤਲਬ ਉਹਨਾਂ ਨੇ ਨਾਮ ਨਮਾਜ਼ ਯੂਜ਼ ਕਰ ਲਿਆ ਪਰ ਇੱਧਰ ਸਿੱਖਾਂ ਵਿੱਚ ਉਹਨੂੰ ਨਿਤਨੇਮ ਕਹਿੰਦੇ ਆ ਨਿਤਨੇਮ ਨਿਤਨੇਮ ਵਿੱਚ ਮਤਲਬ ਤਿੰਨ ਬਾਣੀਆਂ ਸ਼ਾਮਿਲ ਹੈ ਜੋ ਪ੍ਰੋਪਰ ਤੁਸੀਂ ਕਹਿ ਸਕਦੇ ਆ ਸਵੇਰੇ ਜਪਜੀ ਸਾਹਿਬ ਪੂਰਾ ਨਿਤਨੇਮ ਆ ਗਿਆ ਮਤਲਬ ਕਿ ਸਵੇਰ ਦੇ ਟਾਈਮ ਅੰਮ੍ਰਿਤ ਵੇਲੇ ਪਾਠ ਕਰਨਾ ਉਸ ਤੋਂ ਬਾਅਦ ਸ਼ਾਮੀ ਕਰਨਾ ਤੇ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹਾਂਜੀ ਤੇ ਜਿੱਦਾਂ ਤੁਹਾਡੇ ਪੰਜ ਵਾਰੀ ਨਮਾਜ਼ ਪੜ੍ਹੀ ਜਾਂਦੀ ਹੈ ਤਾਂ ਸਾਡੇ ਤਿੰਨ ਵਾਰੀ ਪੜ੍ਹੀ ਜਾਂਦੀ ਹੈ ਮਤਲਬ ਸਿੱਧਾ ਸਿੱਧਾ ਹਿਸਾਬ ਆ ਇੱਕ ਈਜ਼ੀ ਲੈਂਗੁਏਜ ਵਿੱਚ ਜੇਕਰ ਤੁਹਾਨੂੰ ਸਮਝਾਈਏ ਤਾਂ ਬਾਕੀ ਲੁੱਕ ਇਹਨਾਂ ਦੀ ਬਹੁਤ ਵਧੀਆ ਅਤੇ ਬਹੁਤ ਸਾਰੇ ਲੋਕ ਆ ਜਿਹੜੇ ਦਮਾਲਾ ਸਜਾਉਂਦੇ ਆ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਸਜਾਉਣਾ ਜਾਂ ਨਹੀਂ ਸਜਾਉਣਾ ਹੈ ਨਾ ਹੁਣ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ ਇਹਨਾਂ ਨੇ ਹਜੇ ਤੱਕ ਨਹੀਂ ਸਜਾਇਆ ਮਤਲਬ ਇੱਕ ਟਾਈਮ ਹੈ ਇੱਕ ਟਾਈਮ ਦੀ ਵੇਟ ਕਰ ਰਹੇ ਹਾਂ ਕਿ ਕਦੋਂ ਪਰਫੈਕਟ ਟਾਈਮ ਆਊਗਾ ਜਦੋਂ ਆਪਾਂ ਇਹ ਚੀਜ਼ ਕਰ ਸਕਦੇ ਹਾਂ ਮਤਲਬ ਦਮਾਲਾ ਸਾਹਿਬ ਹੈਗੀ ਇੰਨੀ ਵਧੀਆ ਚੀਜ਼ ਮਤਲਬ ਦਮਾਲਾ ਸਾਹਿਬ ਬਣ ਸਕਦੇ ਹਾਂ ਆਪਾਂ ਜਿੱਦਾਂ ਆਪਾਂ ਪਹਿਲਾਂ ਵੀਡੀਓ ਵੇਖੀ ਸੀਗੀ ਉਹਨਾਂ ਨੇ ਹੋਰ ਕਈ ਵੀ ਤਰੀਕੇ ਨਾਲ ਆਪਾਂ ਬਣ ਸਕਦੇ ਹਾਂ ਲੇਡੀਜ਼ ਲੈ ਕੇ ਮਤਲਬ ਮੈਚਿੰਗ ਵਗੈਰਾ ਕਰ ਲੈਂਦੇ ਆ ਅੱਛਾ ਲੱਗਦਾ ਮਤਲਬ ਉਹ ਜੋ ਮਰਜ਼ੀ ਗੈਟਅਪ ਕਰ ਲਓ ਜਿੱਦਾਂ ਇਹਨਾਂ ਨੇ ਸੂਟ ਪਾਇਆ ਉਹਨਾਂ ਨੇ ਬਿਲਕੁਲ ਗੈਟਅਪ ਬਿਲਕੁਲ ਸਿੰਪਲ ਜਿਹਾ ਕੀਤਾ ਹੋਇਆ ਸੀ ਪਹਿਲਾਂ ਵਾਲੇ ਆਪਾਂ ਵੇਖੇ ਹੈ ਨਾ ਵਾਈਟ ਉਹ ਮਰਜ਼ੀ ਹੁੰਦੀ ਆਪਣੀ ਜਿਵੇਂ ਮਰਜ਼ੀ ਕਰ ਲਓ ਮਤਲਬ ਅੱਛੀ ਲੱਗਦੀ ਹੈ ਕਲਰਫੁੱਲ ਬਣਦੀਆਂ ਲੇਡੀਜ਼ ਮਤਲਬ ਸੂਟ ਨਾਲ ਮੈਚਿੰਗ ਕਰਕੇ ਅੱਛਾ ਲੱਗਦਾ ਬਹੁਤ ਵਧੀਆ ਲੱਗਦਾ ਮਤਲਬ ਕੋਈ ਮਨਾਹੀ ਨਹੀਂ ਹੈ ਕਿ ਤੁਸੀਂ ਦਮਾਲਾ ਮਤਲਬ ਕਿ ਬਣ ਕੇ ਕੋਈ ਕਰ ਨਹੀਂ ਸਕਦੇ ਮਤਲਬ ਕਿਉਂਕਿ ਫੈਸ਼ਨ ਨਹੀਂ ਕਰ ਸਕਦੇ ਹਨਾ ਦਮਾਲਾ ਬਣ ਕੇ ਤੁਸੀਂ ਕੋਈ ਵੀ ਕੱਪੜੇ ਵੀ ਪਾ ਸਕਦੇ ਆ ਜਿਹੜੇ ਮਰਜ਼ੀ ਕੱਪੜੇ ਪਾਓ ਜੋ ਮਰਜ਼ੀ ਕਰੋ ਜੋ ਮਰਜ਼ੀ ਫੈਸ਼ਨ ਕਰਨਾ ਚਲੋ ਆਪਣੀ ਮਰਜ਼ੀ ਹੋ ਦਮਾਲਾ ਬੰਨਿਆ ਅੰਦਰ ਮਤਲਬ ਬੰਦਾ ਸਾਫ਼ ਸੁਥਰਾ ਹੋਣਾ ਚਾਹੀਦਾ ਮਤਲਬ ਬੁਰਾਈ ਨਹੀਂ ਹੋਣੀ ਚਾਹੀਦੀ ਦਮਾਲਾ ਬੰਨਿਆ ਉਹਦੇ ਹੀ ਜਚਦਾ ਚਾਹੇ ਲਿਪਸਟਿਕ ਲੱਗੇ ਹੋਏ ਕੋਈ ਪ੍ਰੋਬਲਮ ਨਹੀਂ ਫਿਰ ਮਨ ਸਾਫ਼ ਹੋਵੇ ਉਹਦੀ ਦਮਾਲਾ ਜਚਦਾ ਹੈ ਬਿਲਕੁਲ ਜੀ ਸੋ ਨੂਰ ਆਪਣੇ ਆਪ ਚਿਹਰੇ 'ਤੇ ਆ ਜਾਂਦਾ ਮਤਲਬ ਅਤੇ ਦਸਤਾਰ ਬੰਨਣ ਦਾ ਮਤਲਬ ਹੈ ਕਿ ਗੁਰੂ ਸਾਹਿਬਾਨ ਜੋ ਸਾਡੇ ਦਸਵੇਂ ਗੁਰੂ ਸਾਹਿਬਾਨ ਸੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਸਿੱਖਾਂ ਨੂੰ ਦਾਤ ਜਿਹੜੀ ਬਖਸ਼ੀ ਹੈ ਦਸਤਾਰ ਦੀ ਸੋ ਇਟ ਮੀਨ ਕਿ ਉਹ ਹਰ ਇੱਕ ਮਤਲਬ ਕਿ ਨਾਮ ਦੇ ਨਾਲ ਸਾਡੇ ਲੱਗਦਾ ਸਿੰਘ ਸਿੰਘ ਮੀਨ ਸ਼ੇਰ ਲੋਇਨ ਠੀਕ ਹੈ ਅਤੇ ਸਿੰਘ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਇਹ ਰਾਜਾ ਸਿੰਘ ਸ਼ਬਦ ਸਿਰਫ ਲੋਇਨ ਵਾਸਤੇ ਹੀ ਨਹੀਂ ਵਰਤਿਆ ਜਾਂਦਾ ਸਿੰਘ ਮਹਾਰਾਜਿਆਂ ਨੂੰ ਵੀ ਕਿਹਾ ਜਾਂਦਾ ਸੀ ਠੀਕ ਹੈ ਸੋ ਉਹ ਸ਼ਬਦ ਜਿਹੜਾ ਵਰਤਿਆ ਗਿਆ ਮਹਾਰਾਜਿਆਂ ਲਈ ਜੋ ਇੱਕ ਦਿੱਖ ਦਿੱਤੀ ਉਹ ਸੀਗੀ ਪੱਗ ਦਿੱਤੀ ਤਾਂ ਜੋ ਇੱਕ ਤਾਜ ਹੈ ਜਿੱਦਾਂ ਸਿੱਖਾਂ ਦਾ ਇੱਕ ਤਾਜ ਹੈ ਇਹ ਠੀਕ ਹੈ ਅਤੇ ਇਹਦੇ 'ਤੇ ਆਪਾਂ ਆਂਚ ਨਹੀਂ ਆਉਣ ਦਿੰਦੇ ਮਤਲਬ ਇਹ ਸਾਡਾ ਤਾਜ ਹੈ ਸਿਰ ਦਾ ਤਾਂ ਜਦੋਂ ਬੰਦਾ ਪੱਗ ਬੰਨਦਾ ਨਾ ਉਹ ਆਪਣੇ ਆਪ ਨੂੰ ਸਪੈਸ਼ਲ ਫੀਲ ਕਰਦਾ ਇੱਕ ਬਾਕੀਆਂ ਨਾਲੋਂ ਯੂਨੀਕ ਫੀਲ ਕਰਦਾ ਕਿ ਹਾਂ ਵੀ ਮੈਂ ਬਾਕੀਆਂ ਤੋਂ ਵਿਲੱਖਣ ਹਾਂ ਜਿੱਦਾਂ ਹੁਣ ਕਿਤੇ ਤੁਸੀਂ ਭੀੜ ਵਿੱਚ ਜਾਂਦੇ ਹੋ ਤੁਹਾਨੂੰ ਸਰਦਾਰ ਬੰਦਾ ਦੂਰੋਂ ਦਿਖ ਜੂਗਾ ਕਿ ਇਹ ਬੰਦਾ ਸਰਦਾਰ ਹੈ ਠੀਕ ਹੈ ਸਿੱਖਾਂ ਵਿੱਚ ਹੀ ਇਕੱਲੇ ਪੱਗ ਨਹੀਂ ਬੰਨੀ ਜਾਂਦੀ ਤੁਹਾਨੂੰ ਵੀ ਪਤਾ ਹੋਣਾ ਕਈ ਮੁਸਲਿਮਸ ਵਿੱਚ ਵੀ ਅਤੇ ਕਈ ਅਫਗਾਨੀਆਂ ਵਿੱਚ ਵੀ ਤੁਸੀਂ ਦੇਖਦੇ ਆ ਪਠਾਨੀਆਂ ਪਠਾਨ ਵੀ ਜਿਹੜੇ ਆ ਉਹ ਵੀ ਅਤੇ ਹੋਰ ਵੀ ਕਈ ਮੁਗਲ ਰਾਜੇ ਸੀਗੇ ਉਹ ਵੀ ਜਿਹੜੇ ਸੀ ਮਤਲਬ ਕਿ ਦਸਤਾਰ ਬੰਨਦੇ ਹੁੰਦੇ ਸੀਗੇ ਪਰ ਜਿਹੜੀ ਸਿੱਖਾਂ ਦੀ ਦਸਤਾਰ ਦੀ ਡੈਫੀਨੇਸ਼ਨ ਆ ਉਹ ਬਾਕੀ ਸਭ ਤੋਂ ਵੱਖਰੀ ਆ ਠੀਕ ਹੈ ਜੀ ਸੋ ਮਜ਼ਾ ਆਇਆ ਵੀਡੀਓ ਦੇਖ ਕੇ ਇਹਨਾਂ ਨੇ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ 'ਤੇ ਪਾਈਆਂ ਜਾ ਕੇ ਇਹਨਾਂ ਦਾ ਚੈਨਲ ਜ਼ਰੂਰ ਚੈੱਕ ਕਰੋ ਤੁਹਾਨੂੰ ਕਾਫੀ ਸਾਰੀ ਇਨਫੋਰਮੇਸ਼ਨ ਮਿਲੇਗੀ ਸਿੱਖ ਧਰਮ ਦੇ ਬਾਰੇ ਅਤੇ ਜਾ ਕੇ ਇਹਨਾਂ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਤੁਹਾਨੂੰ ਸਾਡੇ ਅੱਜ ਦੀ ਵੀਡੀਓ ਕਿੱਦਾਂ ਲੱਗੀ ਉਹ ਵੀ ਸਾਨੂੰ ਦੱਸਿਓ ਅਤੇ ਅਸੀਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ 'ਚ ਤਦ ਤੱਕ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ